ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਨੂੰ ਜਿੱਦਾਂ ਪਹਿਲਾਂ ਵੀ ਕੁੰਡਲੀ ਪਾਠ ਰਹੇ ਸੀ ਸਿੱਧੀਆਂ ਪ੍ਰਸਾਰਣ ਦਿਖਾ ਰਹੇ ਸੀਗੇ, ਤੇ ਇੱਦਾਂ ਹੀ ਹੁਣ ਆਪਾਂ ਘੁੰਮਦੇ ਫਿਰਦੇ ਦੇਖ ਰਹੇ ਸੀ ਤੇ ਸਾਡੇ ਵੀਰਾਂ ਨੇ ਇੱਥੇ ਸੈਨੀਟਾਈਜ਼ਰ ਦਾ ਤੇ ਸੀ ਇੱਥੇ ਸਿਆਲਾਂ 'ਚ ਖੁਸ਼ਕੀ ਦੇ ਕਰਕੇ ਉਹਨਾਂ ਨੇ ਵੈਸਲੀਨ ਦੀ ਵੀ ਸੇਵਾ ਲਗਾਈ ਹੈ, ਤੇ ਜੀਪ ਉੱਤੇ ਉਹਨਾਂ ਨੇ ਸਪੈਸ਼ਲ ਇੱਕ ਮਾਈਕ ਵੀ ਰੱਖਿਆ ਹੈ ਜਿਹਦੇ ਕਰਕੇ ਉਹਨਾਂ ਨੇ ਭੀੜ ਵੀ ਇੱਥੇ ਇਕੱਠੀ ਨਹੀਂ ਹੋਣ ਦੇ ਰਹੇ ਹੈਗੇ। ਤੇ ਆਓ ਉਹਨਾਂ ਦੇ ਰੂਬਰੂ ਕਰਾਉਂਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਵੀਰ ਸਾਡੇ ਕਿੱਥੇ ਤੋਂ ਨੇ ਤੇ ਕਦੋਂ ਤੋਂ ਇੱਥੇ ਨੇ। ਸਤਿ ਸ਼੍ਰੀ ਅਕਾਲ ਬਾਈ, ਸਭ ਤੋਂ ਪਹਿਲਾਂ ਹਾਂਜੀ ਬਾਈ ਜੀ, ਆਪਣਾ ਜ਼ਿਲ੍ਹਾ ਫਿਰੋਜ਼ਪੁਰਾ ਜੀ, ਤਲਵੰਡੀ ਭਾਈ ਆਪਾਂ ਨੂੰ ਸਿਟੀ ਪੈਂਦੀ ਹੈ ਛੋਟੀ ਜੀ, ਤੇ ਉਹਦੇ ਨਾਲ ਸਾਡੇ ਲਾਗੇ ਸਾਰਿਆਂ ਦੇ ਪਿੰਡ ਆ ਵੀਰ ਜੀ। ਨਾਮ ਕੀ ਵੀਰ ਜੀ ਆਪਣਾ? ਨਾਮ ਆਪਣਾ ਗੁਰਦੇਵ ਸਿੰਘ ਆ ਜੀ। ਹਾਂਜੀ ਬਾਈ ਜੀ, ਤੇ ਵੀਰ ਜੀ ਤੁਹਾਡੇ ਮਤਲਬ ਕਿੱਦਾਂ ਜ਼ਹਿਨ 'ਚ ਆਇਆ ਜਿੱਥੇ ਸਾਰਾ ਕੁਝ ਸੇਵਾ ਨਿਭਾ ਰਹੇ ਤੇ ਅਸੀਂ ਵੈਸਲੀਨ ਦੀ ਸੇਵਾ ਲੈ ਕੇ ਜਾਣੀ ਆ? ਇਹ ਬਾਈ ਜੀ, ਅਸੀਂ ਆਪਣੇ ਦੇਖਿਆ ਜਦੋਂ ਆਪਣੇ ਖੁਸ਼ਕੀ ਲੱਗ ਰਹੀ ਸੀ ਸਾਨੂੰ ਜੀ, ਸਾਨੂੰ ਹੋ ਗਿਆ ਇੱਥੇ ਹਫ਼ਤਾ ਇੱਕ ਆਇਆ ਨੂੰ, ਸਾਨੂੰ ਲੱਗ ਰਿਹਾ ਸੀ ਵੀ ਖੁਸ਼ਕੀ ਆ, ਇਸ ਲਈ ਅਸੀਂ ਇੱਥੋਂ ਜਾ ਕੇ ਮਾਰਕੀਟ 'ਚੋਂ ਲੈ ਕੇ ਆਉਂਦੀ ਵੈਸਲੀਨ, ਤੇ ਤਾਂ ਕਰਕੇ ਸਾਡੇ ਸਾਰੇ ਮਿੱਤਰ ਆ ਜਿੰਨੇ ਵੀ ਉਹ ਕਹਿੰਦੇ ਆਪਾਂ ਵੈਸਲੀਨ ਦੀ ਸੇਵਾ ਬਣਾਈਏ। ਬਾਕੀ ਲੰਗਰ ਬਹੁਤ ਵਧੀਆ ਚੱਲ ਰਿਹਾ ਇੱਥੇ ਸਾਰੇ, ਸਾਨੂੰ ਵੈਸਲੀਨ ਦੀ ਇੱਕ ਘਾਟ ਲੱਗੀ ਸੀ ਇਸ ਕਰਕੇ ਅਸੀਂ ਵੈਸਲੀਨ ਦਾ ਲੰਗਰ ਲਾਦਾ ਵੀਰ ਜੀ। ਤੇ ਜਿਵੇਂ ਭਾਜੀ ਸਰ ਗੋਦੀ ਮੀਡੀਆ ਜਿਹੜੀ ਆ ਜਿਹਨੂੰ ਨਾਰਾ ਇਸ ਟਾਈਮ ਗੋਦੀ ਮੀਡੀਆ ਦੇ ਰਿਹਾ, ਉਹਨਾਂ ਬਾਰੇ ਉਹਨਾਂ ਦੁਆਰਾ ਨਾ ਜਾਣਕਾਰੀ ਦਿੱਤੀ ਜਿਹੜੇ ਕਿਸਾਨਾਂ ਦਾ ਧਰਨਾ ਲੱਗਾ ਹੈ, ਇਹ ਪ੍ਰੋਟੈਸਟ ਜਿਹੜਾ ਹੈ ਟੈਰਰਿਸਟ ਜਿੱਦਾਂ ਖਾਲਿਸਤਾਨੀ ਦਾ ਨਾਰਾ ਉਹ ਕਹਿ ਰਹੇ ਖਾਲਿਸਤਾਨੀ ਲਗਾ ਰਹੇ ਨੇ ਤੇ ਇਹ ਗਲਤ ਤਰ੍ਹਾਂ ਦਾ ਪ੍ਰੋਟੈਸਟ ਕਰ ਰਹੇ, ਤੇ ਉਹਨਾਂ ਦੇ ਪ੍ਰਤੀ ਤੁਹਾਡਾ ਕੀ ਵਿਚਾਰ ਆ? ਬਾਈ ਜੀ, ਇਹ ਜਿਹੜਾ ਗੋਦੀ ਮੀਡੀਆ, ਅਸੀਂ ਤਾਂ ਇਹਨਾਂ ਨੂੰ ਇੱਕ ਬੇਨਤੀ ਕਰਦੇ ਵੀਰ ਜੀ, ਸੱਚ ਦਿਖਾ ਦਿਓ। ਅਸੀਂ ਨਹੀਂ ਕਹਿੰਦੇ ਸਾਨੂੰ ਚੰਗੇ ਸਾਬਤ ਕਰੋ, ਪਰ ਜੋ ਸੱਚ ਆ ਉਹ ਸੱਚ ਦਿਖਾਓ। ਤੁਸੀਂ ਇੱਥੇ ਆ ਕੇ ਦੇਖੋ ਕਿੰਨਾ ਸ਼ਾਂਤਮਈ ਲੋਕ ਧਰਨਿਆਂ ਦੇ ਬੈਠੇ ਆ, ਕੋਈ ਇੱਥੇ ਹੁੱਲੜਬਾਜ਼ੀ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਇੱਥੇ ਇਕੱਲੇ ਅਸੀਂ ਨਹੀਂ, ਬਾਹਰੋਂ ਆ ਕੇ ਸੰਗਤ ਜੋ ਲਾਗੇ ਲਾਗੇ ਆ ਰਹਿੰਦੇ ਆ, ਉਹ ਵੀ ਇੱਥੋਂ ਆ ਕੇ ਪੀਸਫੁਲੀ ਆ ਕੇ ਤੇ ਲੰਗਰ ਛਕ ਰਹੇ ਆ, ਸੰਗਤਾਂ ਬਹੁਤ ਸੇਵਾ ਕਰ ਰਹੀਆਂ ਨੇ। ਕੋਈ ਕਿਸੇ ਤਰ੍ਹਾਂ ਦੀ ਇਹ ਗੋਦੀ ਮੀਡੀਆ ਦਾ ਭੜਕਾ ਰਿਹਾ, ਜਿਹੜੀ ਦੇਸ਼ ਦੀ ਜਨਤਾ ਜਿਹਨਾਂ ਨੂੰ ਨਹੀਂ ਪਤਾ ਇੱਥੇ ਬਾਰੇ, ਉਹ ਪਲੀਜ਼ ਇੱਕ ਵਾਰੀ ਆ ਕੇ ਇੱਕ ਦਿਨ ਦਾ ਵਿਜ਼ਿਟ ਕਰ ਲਓ, ਜ਼ਿਆਦਾ ਨਾ ਕਰੋ। ਇਹਦਾ ਦੇਖ ਕੇ ਜਾਓ ਕਿੱਦਾਂ ਦਾ ਮਾਹੌਲ ਆ, ਬਹੁਤ ਵਧੀਆ ਮਾਹੌਲ ਆ, ਲੋਕ ਪੀਸਫੁਲੀ ਪ੍ਰੋਟੈਕਟ ਕਰ ਰਹੇ ਇੱਥੇ, ਕੋਈ ਚੱਕਰ ਨਹੀਂ ਉਦਾਂ ਦਾ ਜੀ। ਕੱਲ ਸਾਡੇ ਇੱਕ ਪੱਤਰਕਾਰ ਵੀਰ ਨੇ ਦਿੱਲੀ ਵਿੱਚ ਜਾ ਕੇ ਇੰਟਰਵਿਊ ਲਈ ਸੀ ਕਿਸੇ ਵੀਰ ਭਰਾ ਦੀ, ਤੇ ਉਹ ਕਹਿੰਦੇ ਕਿ ਜਿੱਦਾਂ ਆਪਣੇ 8 ਤਰੀਕ ਨੂੰ ਭਾਰਤ ਬੰਦ ਦਾ ਨਾਰਾ ਸੀਗਾ ਤੇ ਦਿੱਲੀ 'ਚ ਕੋਈ ਵੀ ਕਾਰ ਬੱਸ ਬੰਦ ਨਹੀਂ ਸੀ, ਸਭ ਕੁਝ ਚੱਲ ਰਿਹਾ ਸੀ, ਤੇ ਉਹ ਕਹਿੰਦੇ ਕਿ ਇਹ ਜੋ ਹੈ ਸਿਰਫ ਪੰਜਾਬ ਨੂੰ ਹੀ ਮਤਲਬ ਕਿ ਜ਼ਿਆਦਾ ਹੈ ਲੱਗੀ ਹੋਈ, ਆਪਾਂ ਪੰਜਾਬੀ 'ਚ ਕਹਿ ਲਈਏ ਇੱਕ ਅੱਗ ਕਹਿ ਲਓ ਕਿ ਲੱਗੀ, ਪੰਜਾਬ ਦਾ ਹੀ ਜ਼ਿਆਦਾ ਨਾਮ ਆ ਰਿਹਾ ਹੈ ਮੂਹਰੇ, ਤੇ ਜਿਹੜੇ ਬਾਕੀ ਸਾਡੇ ਜਥੇ ਵੀਰ ਆਏ ਨੇ ਦੂਰੋਂ ਦੂਰੋਂ ਜਿੱਦਾਂ ਰਾਜਸਥਾਨ ਮਹਾਰਾਸ਼ਟਰ, ਉਹਨਾਂ ਨੂੰ ਕਿਉਂ ਨਹੀਂ ਇਹ ਮਤਲਬ ਗਿਣਤੀ 'ਚ ਲੈ ਰਿਹਾ ਕਿ ਉਹਨਾਂ ਨੇ ਵੀ ਪੁੱਛਿਆ ਸਵਾਲ ਇਹਨਾਂ ਨੂੰ ਕਿ ਜਿਹੜੇ ਸਾਡੇ ਮਹਾਰਾਸ਼ਟਰ ਤੋਂ ਆਏ ਨੇ ਜਾਂ ਰਾਜਸਥਾਨ ਜਾਂ ਯੂਪੀ ਤੋਂ ਆਏ ਆ ਤੇ ਉਹ ਕਿਉਂ ਤੁਸੀਂ ਗਿਣਤੀ 'ਚ ਨਹੀਂ ਲੈ ਰਹੇ, ਤੇ ਇੱਦਾਂ ਦੇ ਵੀਰਾਂ ਨੂੰ ਤੁਹਾਡਾ ਕੀ ਮਤਲਬ ਕਹਿਣਾ ਹੋਊਗਾ? ਭਾਜੀ ਭਾਜੀ, ਸਭ ਤੋਂ ਪਹਿਲਾਂ ਤੇ ਆ ਲੋਕ ਸਮਝ ਕਿਉਂ ਨਹੀਂ ਰਹੇ, ਇੱਥੇ ਸਾਡੇ ਹਰਿਆਣੇ ਦੇ ਵੀਰ ਆ, ਉਹ ਕਿੰਨੀ ਸੇਵਾ ਨਿਭਾ ਰਹੇ ਆ, ਦੁੱਧ ਦਾ ਲੱਸੀ ਦਾ ਦਹੀਂ ਦਾ ਕਿੰਨਾ ਲੰਗਰ ਦਾ ਪ੍ਰਬੰਧ ਕਰ ਰਹੇ ਆ, ਸੰਗਤ ਬਹੁਤ ਜ਼ਿਆਦਾ ਏ, ਪਰ ਬਾਹਰਲੀਆਂ ਸਟੇਟਾਂ ਤੋਂ ਵੀ ਆ, ਸਾਰੀਆਂ ਤੋਂ ਪੂਰੀ ਆ। ਉਹਨਾਂ ਦੇ ਜ਼ਹਿਨ 'ਚ ਇਹੀ ਕਿਉਂ ਅੜਿਆ ਕਿ ਪੰਜਾਬ ਸਭ ਇਹ, ਮੈਂ ਅਸੀਂ ਖੁਦ ਦੇਖ ਰਹੇ ਹਾਂ ਕਿ 500 ਜਥੇਬੰਦੀਆਂ ਸਾਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ, ਪਰ ਉਹਨਾਂ ਦੇ ਜ਼ਹਿਨ 'ਚ ਇਹੀ ਕਿਉਂ ਆ ਕਿ ਪੰਜਾਬ ਨੇ ਹੀ ਪ੍ਰੋਟੈਸਟ ਆ, ਬਾਕੀ ਕਿਸੇ ਨੂੰ ਇਹ ਗੱਲ ਦਾ ਜ਼ਿਆਦਾ ਉਹ ਹੈ ਨਹੀਂ ਗਾ। ਭਾਜੀ ਗੱਲ ਕੀ ਆ ਜੀ, ਪੰਜਾਬੀ ਸਭ ਦੀਆਂ ਅੱਖਾਂ 'ਚ ਰੜਕਦਾ, ਸ਼ੁਰੂ ਅੱਜ ਤੋਂ ਨਹੀਂ ਸ਼ੁਰੂ ਤੋਂ ਰੜਕਦੇ ਆ ਪੰਜਾਬੀ ਲੋਕਾਂ ਦੀਆਂ ਅੱਖਾਂ 'ਚ, ਠੀਕ ਆ ਜੀ। ਇਹ ਵਾਹਿਗੁਰੂ ਦੀ ਕਿਰਪਾ ਇਹਨਾਂ ਦੀ 47 ਤੋਂ ਲੈ ਕੇ ਹੁਣ ਤੱਕ ਲੋਕਾਂ ਦੀਆਂ ਨਿਗਾਹ ਇਹ ਪੰਜਾਬੀ ਰੜਕਦੇ ਆ, ਮਾਲਕ ਦੀ ਕਿਰਪਾ, ਇਹ ਸਰੀਰਕ ਪੱਖੋਂ ਡੀਲ ਡੋਲ ਪੱਖੋਂ ਤਕੜੇ ਆ, ਨਸ਼ੇ ਪੱਤਿਆਂ ਤੋਂ ਰਹਿਦਾ, ਪਰ ਇਹਨੂੰ ਬਦਨਾਮ ਕਰਨ ਦੀ ਆਪਾਂ ਦੇਖ ਰਹੇ ਹਾਂ ਕਿ ਫਿਲਮਾਂ ਵਿੱਚ ਵੀ ਦਿਖਾਇਆ ਜਾ ਰਿਹਾ ਸੀ, ਤੇ ਬੜੇ ਹਾਈ ਲੈਵਲ ਤੇ ਇਹਨੂੰ ਹਾਈਲਾਈਟ ਕੀਤਾ ਜਾਂਦਾ ਕਿ ਪੰਜਾਬ ਸਾਡਾ ਨਸ਼ਿਆਂ ਵਿੱਚ ਗਰਕਤ ਗਿਆ ਆ, ਕੁਰਹਿਤ ਵਿੱਚ ਪੈ ਗਿਆ, ਇਦਾਂ ਦੇ ਬੰਦਿਆਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਭਾਜੀ ਉਹਨਾਂ ਨੇ ਇਹੀ ਬੇਨਤੀ ਕਰਦਾ ਕਿ ਇੱਥੇ ਆ ਕੇ ਦੇਖੋ, ਇੱਥੇ ਹੁਣ ਨਸ਼ੇ ਵਾਲੇ ਜਵਾਨ ਤੁਹਾਨੂੰ ਦਿਖ ਰਹੇ ਆ, ਏਡੀਆਂ ਏਡੀਆਂ ਖੁੱਲੀਆਂ ਡੀਲ ਡੋਲਾਂ ਜਵਾਨਾਂ ਦੀਆਂ, ਉਹ ਨਸ਼ੇ ਵਾਲੇ ਆ। ਇੱਕ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ ਬਈ ਮੀਡੀਆ ਰਾਹੀਂ, ਇੱਕ ਇਹ ਲੋਕ ਸਾਨੂੰ ਕਹਿ ਰਹੇ ਆ ਵੀ ਇਹ ਅਨਪੜ੍ਹ ਆ, ਇਹਨਾਂ ਨੂੰ ਸਮਝ ਨਹੀਂ ਆ ਰਹੀ, ਆ ਸਾਡਾ ਮੁੰਡਾ ਇਹ PhD ਕੀਤੀ ਹੋਈ ਆ ਜੀ, ਆ MSc ਕੰਪਿਊਟਰ ਆ, ਭਾਜੀ ਆ ਮੁੰਡਾ ਆਈਲੈਟਸ ਕਰ ਰਿਹਾ, ਦੱਸੋ ਸਾਡਾ ਪੰਜਾਬ ਅਨਐਜੂਕੇਟਡ ਕਿੱਦਾਂ ਹੋ ਸਕਦਾ? ਮਤਲਬ ਕਿ ਜਿੱਦਾਂ ਇਹ ਕਿਸਾਨ ਜਥੇਬੰਦੀਆਂ ਨੂੰ ਸਮਝਾਉਣਾ, 3 ਜਿੰਨੀਆਂ ਵੀ ਮੀਟਿੰਗਾਂ 6 ਮੀਟਿੰਗਾਂ ਹੋਈਆਂ ਉਹ ਸਮਝਾਉਣਾ ਹੀ ਕਰ ਰਹੀਆਂ ਆ, ਉਹਨਾਂ ਦੇ ਜ਼ਹਿਨ ਵਿੱਚ ਇਹ ਆ ਕਿ ਸਾਡੇ ਜਿਹੜੇ ਕਿਸਾਨ ਆ ਉਹ ਅਨਪੜ੍ਹ ਆ, ਮਤਲਬ ਕਿ ਜਿਹੜੀ ਕਿਸਾਨ ਆ ਉਹ ਅਨਪੜ੍ਹ ਹੀ ਕਰਦੀ ਆ, ਤੇ ਉਹ ਤੋਂ ਇਲਾਵਾ ਇਸ ਕਿਸਾਨ ਮਤਲਬ ਜਿਹੜੇ ਪੜ੍ਹੇ ਲਿਖੇ ਆ ਉਹ ਬਾਹਰ ਹੀ ਬੈਠੇ ਆ, ਉਹਨਾਂ ਦਾ ਸੋਚਣਾ ਹੀ ਇਹ ਜਾ। ਭਾਈ ਜੀ ਇਹੀ ਉਹਨਾਂ ਦਾ ਭਰਮ ਕੱਢਣ ਆਏ ਆ, ਉਹਨਾਂ ਨੂੰ ਆਏ 8-10 ਦਿਨਾਂ ਚਲੇ ਜਾਣਗੇ, ਭਾਜੀ ਮੇਰਾ ਖੁਦ ਦਾ ਕੈਨੇਡਾ ਦਾ ਵੀਜ਼ਾ ਆ ਪਿਆ, ਠੀਕ ਆ ਭਾਜੀ, ਮੇਰੀ ਵਾਈਫ ਉਧਰ ਆ, ਮੈਂ ਇੱਥੇ ਬੈਠਾ, ਮੇਰਾ ਵੀਜ਼ਾ ਇਹਨੂੰ 10 ਦਿਨ ਹੋ ਗਏ ਆ, ਪਰ ਭਾਜੀ ਆਪਾਂ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਇਹ ਨਿਬੇੜਦਾ ਨਹੀਂਗਾ ਮੋਦੀ। ਤੁਸੀਂ ਦੇਖ ਸਕਦੇ ਹੋ ਕਿ ਵੀਰ ਦਾ ਆਪਣੇ ਵਿਰਸੇ ਪ੍ਰਤੀ ਆਪਣੇ ਪੰਜਾਬ ਪ੍ਰਤੀ ਕਿੰਨਾ ਪਿਆਰ ਆ, ਕਿ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਆਇਆ ਲੱਗਾ ਹੋਇਆ ਆ, ਅਤੇ ਜਿਹੜੇ ਉਹਨਾਂ ਦੀ ਮਿਸਿਸ ਨੇ ਉਹ
उस तरह की सोच वाले ज कह लो कि बीजेपी भगत ने वह होंगे तो इस कनेडा का वीजा होंगे तो वह पहुँच जाते कनेडा। तो बड़ी वधिया गल वीर जी की लगी है सानू। तो होर कुछ भीर जी सुनेहा देना चाहोगे जेडे साडे हले वीर इतने धरने पर नहीं पहुंचे उन्होंने? भाई जी उन्होंने सिर्फ बेनती हाथ ही जोड़ सकते आप उन्होंने भीर जी एक दिन लिए आ जाओ, दो दिन लिए आओ, एक दिन तुम इतने आके देखो तुहानू पता लगेगा, इतने आके सेवा करो संगत की। दफ्तर बंद करके पहुंचे, मतलब की अपने खेतों ना इतना प्यार आ जिहड़े की साडे इत्थे कह रहे हन कि ये अनपढ़ ने जां इह नशेई ने, उन्हां नूं इह बड़ी वड्डी इक वीर वलों सुनेहा आ। हां भाजी साडे आरतीए ने, इन्हां दा पैरस वी आ, फणाइस वी आ, आरत वी इन्हां दी, इह साडे नाल उस दिन ते साडे नाल इत्थे जथे जा। ते वीर जी तुसीं आरतीए वी हो, तुहाडा फाइनेंस दा बिजनेस, ते तुसीं इह बिल्लां नूं किस पक्ष नाल देख रहे हो, इक आरत पक्ष? भाजी इन्हां तां पता ही आ, जे जट जांदा रहूगा फिर ही अपना कोई भी बिजनेस, ब्याह देख लो हुण अज तो 10-12 लाख रुपया लगता ब्याह ते, जी जट दी जेब च पैसा होगा फिर ही कि पैलेस जाऊगा। आड़ती है, इन्हों का आड़त का काम है, जिमें जी फसल ही ना हुई साढ़े तो पुछे ही ना कुछ, फिर आड़ती नूं किने पुछना? एक कला जट नहीं मार रहा, एक ओवरऑल सारे मरांगे आपां। बट जिहड़ी भाजी हले भी सरकार आ उही कहना चाहुंदी आ कि तुसीं आओ तुहानूं असीं समझाउने आ, हालांकि इत्थे लखां दा कट्ठ आ ना, लखां दा कट्ठ आ, उहनां नूं इह लखां दा कट्ठ नहीं दिंदा, उह अपना ही पक्ष भारी क्यों रख रहे आ, लखां दी गिणती क्यों नहीं उहनां नूं मायने रखाउंदी? भाजी समझाउण कौन लगा, जिहड़े 8वीं 10वीं पास आ उह समझाउण नूं फिरदे आ। ਇਹ ਤਾਂ ਦੇਖੋ ਕਿਹੜਾ ਆਪਣਾ ਜਿਹੜਾ ਬਾਹਰ ਦੇਖੋ ਫੋਰਨ 'ਚ, ਜਿਹੜਾ ਬੰਦਾ ਖੁਦ ਡਾਕਟਰ ਆ ਉਹਦੇ ਕੋਲ ਮੈਡੀਕਲ ਹੁੰਦਾ ਸਾਰਾ ਸਿਸਟਮ, ਠੀਕ ਹੈ ਜੀ। ਆਪਣੇ ਕੀ ਆ, ਆਪਣੇ ਜਿਹਦੇ 5-10 ਪਰਚੇ ਆ ਉਹ ਮਨਿਸਟਰ ਬਣਦਾ, ਜਿੰਨੇ ਜਿੰਨੇ ਪਰਚੇ ਵਧੀ ਜਾਂਦੇ ਉਹ ਮਨਿਸਟਰ ਬਣੀ ਜਾਂਦੇ ਗਾਂਧੀਆਂ। ਇਹ ਸਾਨੂੰ ਸਿਰਫ ਬੇਵਕੂਫ ਬਣਾ ਸਕਦੇ, ਇੰਨੇ ਸਾਲ ਆਪਾਂ ਨੂੰ ਬੇਵਕੂਫ ਹੀ ਬਣਾਇਆ ਇਹਨਾਂ ਨੇ। ਪਰ ਹੁਣ ਚੱਕਰ ਕੀ ਆ, ਯੂਥ ਬਹੁਤ ਜ਼ਿਆਦਾ ਇਸ ਜਦੋਂ ਹੁਣ ਹੋਇਆ ਆਪਣਾ ਇਕੱਠ, ਇਹ 'ਚ ਯੂਥ ਬਹੁਤ ਆਇਆ ਹੋਇਆ, ਸਭ ਪੜ੍ਹੇ ਲਿਖੇ ਆ, ਚੰਗੇ ਚੰਗੇ ਕਾਲਜਾਂ ਤੋਂ ਬੰਦੇ ਪੜ੍ਹੇ ਹੋਏ ਆ, ਕੋਈ ਇਹੋ ਜਿਹੀ ਗੱਲ ਨਹੀਂ ਗੀ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ। ਪਹਿਲਾਂ ਆਪਣੇ ਬਜ਼ੁਰਗਾਂ ਨੂੰ ਇਹੀ ਭਰਮਾ ਕੇ ਲਈ ਫਿਰਦੇ ਰਹੇ ਵੀ ਅਸੀਂ ਆਹ ਕਰਾਂਗੇ, 60 ਸਾਲਾਂ 'ਚ ਇਹਨਾਂ ਨੇ ਆਪਣਾ ਕੀ ਕਰਤਾ? ਕੁਛ ਨਹੀਂ ਕੀਤਾ ਇਹਨਾਂ ਨੇ ਹਜੇ ਤੱਕ ਆਪਾਂ ਨੂੰ। ਸੋ ਆਪਾਂ ਤਾਂ ਇਹੀ ਕਹਿੰਦੇ ਯੂਥ ਨੂੰ ਵੀ ਵੱਧ ਤੋਂ ਵੱਧ ਆਓ, ਕੋਈ ਜਿੰਨਾ ਟਾਈਮ ਕੱਢ ਸਕਦੇ ਹਾਂ ਇੱਥੇ ਸੰਗਠਨ 'ਚ ਆ ਕੇ ਆਪਦੀ ਹਾਜ਼ਰੀ ਲਵਾਓ, ਗੱਲਾਂ ਸੁਣੋ, ਆਪਦੇ ਵਿਚਾਰ ਦਿਓ, ਇਹ ਕੋਈ ਚੱਕਰ ਨਹੀਂ। ਆਪਾਂ ਨੂੰ ਨਸ਼ਈ ਕਹਿ ਰਹੇ ਆ, ਆਪਾਂ ਨੂੰ ਅਨਐਜੂਕੇਟਡ ਕਹਿ ਰਹੇ ਆ, ਆਪਦੇ ਵਾਸਤੇ ਆਓ, ਕਿਸੇ ਵਾਸਤੇ ਨਾ ਆਓ। ਸੋ ਇੱਥੇ ਆਪਾਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ, ਵੱਧ ਤੋਂ ਵੱਧ ਆਓ, ਹਾਜ਼ਰੀ ਲਵਾਓ, ਪੀਸਫੁਲ ਰਹੋ, ਕਿਉਂਕਿ ਕੋਈ ਵੀ ਆ ਜੇ ਆਪਾਂ ਹੁੱਲੜਬਾਜ਼ੀ ਕਰਾਂਗੇ ਬਾਹਲਾ ਟਾਈਮ ਨਹੀਂ ਟਿਕੂਗਾ। ਵਧੀਆ ਆਪਦੀ ਹਾਜ਼ਰੀ ਲਵਾਓ, ਪੀਸਫੁਲੀ ਪ੍ਰੋਟੈਸਟ ਕਰੋ, ਆਪਾਂ ਨੂੰ ਕੁਛ ਨਹੀਂ ਹੁੰਦਾ, ਆਪਾਂ ਤਾਂ ਜਿੱਤ ਕੇ ਜਾਵਾਂਗੇ, ਇਹ ਸ਼ੋਰ ਆ। ਆਪਣੇ ਰਾਤ ਨੂੰ ਵੀਰ ਭਰਾ ਸਾਡੇ ਟਰੈਕਟਰ, ਸਾਡੇ ਵੀਰ ਨੇ ਉਹ ਵੀ ਜਿਹੜੇ ਟਰੈਕਟਰ ਲੰਘ ਰਹੇ ਉਹਨਾਂ ਨੂੰ ਵੀ ਇੱਕ ਸੁਨੇਹਾ ਦੇ ਦਿਓ ਕਿ ਜਿਹੜੇ ਟਰੈਕਟਰਾਂ ਦੇ ਗੀਤ ਲਾ ਕੇ ਲੰਘਦੇ ਉਹਨਾਂ ਨੂੰ ਵੀ ਇੱਕ ਅੱਧਾ ਸੁਨੇਹਾ। ਭਾਜੀ ਇਹ ਤਾਂ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਜਿਹੜਾ ਆਪਣਾ ਨੈਸ਼ਨਲ ਮੀਡੀਆ ਉਹ ਨੈਗੇਟਿਵ ਪੁਆਇੰਟ ਲੱਭ ਰਿਹਾ, ਜੇ ਆਪਾਂ ਆਪ ਖੁਦ ਮੌਕਾ ਦੇਵਾਂਗੇ ਉਹਨਾਂ ਨੂੰ, ਇਹ ਤਾਂ ਪ੍ਰੋਟੈਸਟ ਤਾਂ ਖਰਾਬ ਕਰਨੀ ਕੀ ਆਪਣੀ ਛਵੀ ਪੈ ਰਹੀ ਆ। ਉਹ ਕਹਿੰਦੇ ਵੀ ਮੰਡੀਰ ਇਕੱਠੀ ਹੋਈ ਵੀ ਆ, ਹੁੱਲੜਬਾਜ਼ੀ ਕਰਦੇ, ਮੇਲਾ ਕਹਿ ਰਹੇ ਆ, ਜਦਕਿ ਆਪਾਂ ਨੂੰ ਇੱਥੇ ਬੈਠ ਕੇ ਸੋਗ ਪ੍ਰਗਟ ਕਰਨਾ ਚਾਹੀਦਾ ਵੀ ਆ ਸਾਡੇ ਨਾਲ ਧੱਕਾ ਹੋ ਰਿਹਾ। ਅਤੇ ਵੈਸੇ ਵੀ ਇਹ ਸਿੱਖ ਪੰਥ ਦਾ ਜਿਹੜਾ ਬੜਾ ਮਤਲਬ ਕਿ ਦੁਖਦਾਈ ਮਹੀਨਾ ਆ, ਕਿਉਂਕਿ ਦਸੰਬਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਛੋੜੇ ਦੇ ਦਿਵਸ ਆ, ਸਾਰੇ ਚੱਲ ਰਹੇ ਆ, ਅਤੇ ਕਿਵੇਂ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲ੍ਹੇ ਦਾ। ਅਤੇ ਜਿਹੜੀ ਬੀਜੇਪੀ ਦੀ ਸਰਕਾਰ ਵੀਰ ਜੀ ਕੱਲ੍ਹ ਜਿਹੜੀ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਇੱਕ 8 ਤਰੀਕ ਸ਼ਾਮ ਨੂੰ ਵੀ ਮੀਟਿੰਗ ਹੋਈ ਆ, ਅਤੇ ਇਹ ਦੇਖਿਆ ਗਿਆ ਆ ਕਿ ਉਹ ਇਸ ਟਾਈਮ ਹੁਣ ਜਥੇਬੰਦੀਆਂ 'ਚ ਪਾੜਾ ਪਾਉਣਾ ਚਾਹੁੰਦੀਆਂ ਨੇ, ਅਤੇ ਉਹਦੇ ਪ੍ਰਤੀ ਤੁਹਾਡਾ ਕੀ ਥੋੜ੍ਹਾ ਜਿਹਾ ਖਿਆਲ ਆ? ਭਾਜੀ ਚੱਕਰ ਉਹੀ ਦੱਸ ਰਹੇ ਨਾ, ਬੰਦੇ ਦੋ ਇਕੱਠੇ ਰੱਖਣੇ ਔਖੇ ਹੋ ਜਾਂਦੇ ਆ, ਇੱਥੇ ਜਥੇਬੰਦੀਆਂ ਬਹੁਤ ਵੱਡੇ ਹਾਈ ਲੈਵਲ 'ਤੇ ਕੰਮ ਚੱਲਿਆ ਗਿਆ, ਉਹ ਆਪਣੇ ਜੋ ਨੈਗੇਟਿਵ ਪੁਆਇੰਟ ਲੱਭ ਰਹੇ, ਆਪਾਂ ਥੋੜ੍ਹਾ ਜਿਹਾ ਮੌਕਾ ਦਿੱਤਾ ਮੀਡੀਆ ਭਾਲ ਦੇ ਲੀਡਰਾਂ ਨੇ, ਇਹਨਾਂ ਦੇ ਅੰਡਰ ਸਾਰਾ ਕੁਛ ਬਿਜ਼ਨਸਮੈਨ ਦੇ, ਕਿਸੇ ਨੂੰ ਵੀ ਉਹ ਪੈਸੇ ਦਾ ਕਹਿ ਸਕਦੇ ਆ, ਪਾਵਰ ਦਾ ਲਾਲਚ ਦੇ ਸਕਦੇ ਆ, ਉਹਨਾਂ ਨੂੰ ਤਾਂ ਬਹਾਨੇ ਲੱਭਣੇ, ਤਾਂ ਹੀ ਇਹ ਜਿਹੜਾ ਹੈਗਾ ਇਹ ਸਿਸਟਮ ਇਹ ਵਧਾ ਰਹੇ ਆ ਵੀ ਸਾਨੂੰ ਵੱਧ ਤੋਂ ਵੱਧ ਮੌਕਾ ਮਿਲੇ। ਕੋਈ ਇਹ ਆਪਣੀ ਜ਼ਿੰਮੇਵਾਰੀ ਬਣਦੀ ਆ ਵੀ ਆਪਾਂ ਆਪਦੇ ਤੋਂ ਅੱਗੇ ਨਾਲ ਦੇ ਨੂੰ ਰੱਖੀਏ ਵੀ ਆਪਣਾ ਸੰਘਰਸ਼ ਖਰਾਬ ਨਾ ਹੋਵੇ, ਕਿਉਂਕਿ ਵਰਲਡ ਦੇ ਵਿੱਚ ਪਹਿਲੇ ਨੰਬਰ 'ਤੇ ਆ ਚੁੱਕਿਆ ਆਪਣਾ ਸੰਘਰਸ਼, ਆਲ ਵਰਲਡ ਦੇਖ ਰਿਹਾ, ਜਦਕਿ
अपनी हुण जिम्मेवारी आ भी मैं अगे ना होवां, मैं नाल दे नूं कहां भाई तू अगे हो, तू अगे रह, ईरखा छड्ड के इकट्ठे होके रहना चाहीदा।